साड़ी पार्टी दी मतलब समझ लो 2015 सरकार बनी सी, 8 साल तो दिल्ली च हो गए जी, डेढ़ इत्थे हो गए जी, ना तो कोई रुपया कर्जे का चढ़न दिता ना दिल्ली ते ना पंजाब ते, ते नाले सारिया सहूलत दित्तियां ने जी, बिजली दे बिल 90% घरां नूं बिजली दे बिल पंजाब दे विच माफ ने, और इहदे च इह वी नहीं हैगा कि कोई पीला कार्ड जां कोई नीला कार्ड ना, चाहे चाहे तुसीं जनरल कैटेगरी दे हो चाहे एस सी भाईचारे चो जिहड़े चो मर्जी हो, 600 तों 600 यूनिटां तों घट जी तुहाडा मीटर दी रीडिंग है तुहानूं बिल जीरो आऊगा, आ भी रहा तुहाडे चो बहुत सारे दे बिल जीरो आउंदे होणगे। उस बिल नाल की फर्क पिया? उस बिल नाल 5-7 हज़ार रुपया घरें बचण लग गया। उहदे नाल की फर्क पिया? मैनूं इक दोजी मिलिया, उह कहिंदा जी मैं दुध दा काम करदा, पहलां मैनूं मेरे जिहड़े जिन्हां घरां च मैं दुध पाउणा ਉਹ ਮੈਨੂੰ ਕਦੇ 3 ਮਹੀਨਿਆਂ ਬਾਅਦ ਕਦੇ 4 ਮਹੀਨਿਆਂ ਬਾਅਦ ਪੈਸੇ ਦਿੰਦੇ ਸੀ, ਅਚਾਨਕ ਮੈਨੂੰ ਉਹ ਹਰੇਕ ਮਹੀਨੇ ਪੈਸੇ ਦੇਣ ਲੱਗ ਗਏ। ਕਹਿੰਦਾ ਮੈਂ ਫਿਰ 2-3 ਮਹੀਨੇ ਬਾਅਦ ਪੁੱਛਿਆ ਵੀ ਤੁਸੀਂ ਐਂ ਪੈਸੇ ਕਿਵੇਂ ਦੇਣ ਲੱਗ ਗਏ ਇੱਕਦਮ? ਕਹਿੰਦਾ ਸਾਰੇ ਕਹਿੰਦੇ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ, ਉਹਦੇ ਨਾਲ ਸਾਡੇ ਪੈਸੇ ਬਚਣ ਲੱਗ ਗਏ, ਅਸੀਂ ਤੇਰੇ ਪੈਸੇ ਦੇਣ ਲੱਗ ਗਏ। ਕਿੱਥੇ ਤੱਕ ਕਬੀਲਦਾਰੀ ਚਲੀ ਜਾਂਦੀ ਹੈ ਜੀ? ਸੋ ਆਹ ਫਰਕ ਹੈ, ਬਿਜਲੀ ਦੇ ਬਿੱਲ ਜਿਹੜੇ ਨੇ ਉਹ ਅਸੀਂ ਮਾਫ਼ ਕਰਤੇ ਕੋਈ, ਪਰ ਬਿਜਲੀ ਬੋਰਡ ਦਾ ਵੀ ਕਰਜ਼ਾ ਨਹੀਂ ਹੈਗਾ 1 ਰੁਪਇਆ ਵੀ, ਪੁਰਾਣੇ ਵੀ ਇਹਨਾਂ ਦੇ ਮੋੜ ਰਹੇ ਹਾਂ। ਇੱਕ ਤਾਂ ਹੁੰਦਾ ਨਾ, ਇੱਕ ਆਪਾਂ ਗੱਲਾਂ ਨਹੀਂ ਕਰਦੇ ਫਲਾਨਿਆਂ ਦਾ, ਯਾਰ ਬਾਪ ਆਪਦੇ ਜਵਾਕਾਂ ਵਾਸਤੇ 20 ਕਿੱਲੇ ਜ਼ਮੀਨ ਛੱਡ ਗਿਆ, 2 ਦੁਕਾਨਾਂ ਨੇ, 1 ਸ਼ੋਅਰੂਮ ਹੈ, ਹੈ ਨਾ, ਐਂ ਵੀ ਵਿਰਸੇ 'ਚ ਕੀ ਛੱਡ ਗਿਆ? ਜੇ ਤੁਸੀਂ ਮੈਨੂੰ ਪੁੱਛੋਗੇ ਨਾ ਵੀ ਸਰਕਾਰ 'ਚ ਆਪਣੇ ਪਿਛਲੇ ਕੀ ਛੱਡ ਕੇ ਗਏ ਨੇ, ਮੈਂ ਕਹੂੰਗਾ ਜੀ 1000 ਕਰੋੜ ਦਾ ਕਰਜ਼ਾ ਛੱਡ ਕੇ ਬਿਜਲੀ ਬੋਰਡ ਦਾ ਦੇਣਾ, 9000 ਕਰੋੜ ਦਾ ਬਿਜਲੀ ਬੋਰਡ ਦਾ ਕਰਜ਼ਾ ਛੱਡ ਕੇ ਅਸੀਂ 5 ਕਿਸ਼ਤਾਂ ਦੇ ਵਿੱਚ ਉਹ ਮੋੜਾਂਗੇ। ਹੁਣ ਪਹਿਲੀ ਕਿਸ਼ਤ 1800 ਕਰੋੜ ਦੀ ਦੇਤੀ ਅਸੀਂ, ਅਸੀਂ ਕੋਈ ਨਹੀਂ ਜੇ ਉਹ ਛੱਡ ਗਏ ਕੋਈ ਗੱਲ ਨਹੀਂ, ਲਾਹਾਂਗੇ ਅਸੀਂ ਲਾਹਾਂਗੇ। ਉਹੀ ਸਰਕਾਰ ਹੈ, ਉਹੀ ਅਫਸਰ ਨੇ, ਉਹੀ ਖਜ਼ਾਨਾ। ਕਦੇ ਮੈਂ ਕਿਹਾ ਕਿ ਖਜ਼ਾਨਾ ਖਾਲੀ ਹੈ? ਅਤੇ ਉਹਨਾਂ ਨੇ ਕਦੇ ਕਿਹਾ ਖਜ਼ਾਨਾ ਭਰਿਆ ਹੋਇਆ? ਨੀਅਤ ਖਾਲੀ ਹੁੰਦੀ ਹੈ ਤੁਹਾਡੀ, ਖਜ਼ਾਨਾ ਨਹੀਂ ਖਾਲੀ ਹੋ ਸਕਦਾ। ਟੈਕਸ ਪੈਸੇ ਤਾਂ ਅੱਜ ਹੁਣ ਕੱਲ੍ਹ ਹੀ ਅਜੇ ਰਿਪੋਰਟ ਆਈ ਹੈ ਜੀ ਐੱਸ ਟੀ ਦਾ, ਸਾਡਾ ਕਲੈਕਸ਼ਨ ਵੱਧ ਗਈ ਸਾਡੀ, ਉਹ ਪੈਸਾ ਕਿੱਥੇ ਲਾਵਾਂਗੇ ਅਸੀਂ? ਤੁਹਾਡੀਆਂ ਤਨਖਾਹਾਂ 'ਤੇ ਲਾਵਾਂਗੇ ਅਸੀਂ, ਜਦੋਂ ਤੁਸੀਂ ਤੁਹਾਨੂੰ ਭੱਤੇ ਦੇਵਾਂਗੇ ਉਹ ਪੈਸਾ ਅਸੀਂ ਬਿਜਲੀ ਦੇ ਬਿੱਲ ਫ੍ਰੀ ਕਰਾਂਗੇ, ਉਹ ਤੁਹਾਡੇ ਮੈਡੀਕਲ ਦੇ ਬਿੱਲ ਫ੍ਰੀ ਕਰਾਂਗੇ, ਚਾਹੇ 40 ਲੱਖ ਦਾ ਟੈਸਟ ਹੋਵੇ ਦਿੱਲੀ ਦੇ ਵਿੱਚ ਉਹ ਫ੍ਰੀ ਹੈ, ਚਾਹੇ ਕੈਰੋਸਿਨ ਦੀ ਗੋਲੀ ਲੈਣੀ ਹੋਵੇ ਉਹ ਵੀ ਫ੍ਰੀ ਹੈ। ਸੋ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਕਲੈਕਸ਼ਨ ਕਰਕੇ ਸਹੂਲਤਾਂ ਦੇਵੇ ਲੋਕਾਂ ਨੂੰ। ਅਤੇ ਹੁਣ ਜੇ ਅਸੀਂ ਕਹਿੰਦੇ ਹਾਂ ਕਿ 600 ਯੂਨਿਟ ਮਾਫ਼ ਹੋਣਾ ਚਾਹੀਦਾ, ਵੀ 2 ਮਹੀਨੇ 600 ਯੂਨਿਟ ਮਾਫ਼, ਅਤੇ ਮੁਹੱਲਾ ਕਲੀਨਿਕ ਸਾਰੀ ਜਿਹੜੀ ਇਲਾਜ ਹੈ ਫ੍ਰੀ ਹੋਣਾ ਚਾਹੀਦਾ, ਅਤੇ ਸਕੂਲਾਂ ਦੀ ਸਿੱਖਿਆ ਸ਼ਾਨਦਾਰ ਵੀ ਹੋਣੀ ਚਾਹੀਦੀ ਹੈ, ਫ੍ਰੀ ਵੀ ਹੋਣੀ ਚਾਹੀਦੀ ਹੈ, ਤਾਂ ਸਾਨੂੰ ਕੀ ਕਹਿੰਦੇ ਹੈ ਪ੍ਰਧਾਨ ਮੰਤਰੀ ਜੀ? ਕੀ ਕਹਿੰਦੇ ਹੈ? ਯੇ ਰੇਵੜੀਆਂ ਬਾਂਟ ਰਹੇ ਹੈ, ਯੇ ਫ੍ਰੀ ਕੀ ਰੇਵੜੀਆਂ ਬਾਂਟ ਰਹੇ ਹੈ। ਮੈਂ ਕਿਹਾ ਅੱਛਾ, ਅਸੀਂ 300 ਯੂਨਿਟ ਗਰੀਬ ਦਾ ਮਾਫ਼ ਕਰ ਦਈਏ ਰੇਵੜੀ, ਅਤੇ ਜਿਹੜਾ 15 ਲੱਖ ਵਾਲਾ ਪਾਪੜ ਵੇਚਿਆ ਸੀ ਉਹ ਆ ਗਏ 15 ਲੱਖ? 15 ਲੱਖ ਆ ਗਏ? ਜੇ 15 ਲੱਖ ਛੱਡੋ, ਜਿਹੜੇ 2-4 ਹਜ਼ਾਰ ਘਰੇ ਪਿਆ ਸੀ ਐਮਰਜੈਂਸੀ ਵਾਸਤੇ ਨੋਟਬੰਦੀ ਜੀ ਕਰਕੇ, ਉਹ ਵੀ ਕਢਾ ਕੇ ਲੈ ਗਏ। ਉਹ ਮੈਂ ਕਿਤੇ ਰੈਲੀ 'ਤੇ ਬੋਲਤਾ ਇਹ ਨੋਟਬੰਦੀ ਤੋਂ ਬਾਅਦ ਵੀ ਸਭ ਤੋਂ ਵੱਧ ਨੋਟਬੰਦੀ ਦਾ ਜਿਹੜਾ ਸਭ ਤੋਂ ਵੱਧ ਦੁੱਖ ਝੱਲਣਾ ਪਿਆ ਉਹ ਮਾਵਾਂ ਭੈਣਾਂ ਨੂੰ ਝੱਲਣਾ ਪਿਆ। ਆਪਣੀ ਆਦਤ ਹੁੰਦੀ ਹੈ, ਚੰਗੀ ਆਦਤ ਹੁੰਦੀ ਹੈ ਇੱਕ ਮਾਂ ਭੈਣਾਂ ਨੂੰ ਵੀ ਆਪਣੇ ਘਰ ਵਾਲੇ ਤੋਂ ਚੋਰੀਆਂ ਥੋੜ੍ਹਾ ਜਿਹਾ ਇੱਧਰ ਰੱਖ ਲੈਂਦੀਆਂ ਨੇ ਵੀ ਚੱਲ ਕਿਤੇ ਇਹ ਤਾਂ ਊਈਂ ਗੁਰਸ਼ਰਲੇ ਉਡਾ ਦੂਗਾ ਇਹਦਾ ਕੀ ਹੈ ਯਾਰਾਂ ਦੋਸਤਾਂ 'ਚ, ਵੀ ਚੱਲ ਕਿਤੇ ਕੋਈ ਫੀਸ ਭਰਨੀ ਪੈ ਜਾਂਦੀ ਹੈ, ਐਮਰਜੈਂਸੀ ਮੌਕੇ ਕੋਈ ਦਵਾਈ ਲੈਣੀ ਪੈ ਜਾਂਦੀ ਹੈ, ਅੱਡ ਰੱਖ ਲੈਂਦੀਆਂ ਨੇ, ਨਹੀਂ ਦੱਸਦੀਆਂ ਉਹਨੂੰ। ਔਰ ਮੋਦੀ ਨੇ ਰਾਤੋਂ ਰਾਤ ਨੋਟ ਬੰਦ ਕਰਤੇ, ਸਵੇਰ ਨੂੰ ਨਾ ਦੱਸਣ ਜੋਗੀਆਂ ਨਾ ਰੱਖਣ ਜੋਗੀਆਂ, ਦੱਸਦੀਆਂ ਨੇ ਤਾਂ ਮਰਦੀਆਂ ਨੇ, ਉਹ ਲੜਦਾ ਕਹਿੰਦਾ ਕਿੱਥੋਂ ਕੁੰਡੀ ਲਾਈਏ ਦੱਸ, ਰੱਖਦੀਆਂ ਨੇ ਤਾਂ ਕਾਗਜ਼ ਬਣ ਜਾਣਗੇ, ਜਾਂ ਜਾਣਾ ਕਿੱਥੇ। ਮੈਂ ਇਹ ਕਹਿ ਕੇ ਕਿਤੇ ਗੱਡੀ 'ਚ ਬੈਠਣ ਲੱਗਿਆ, ਮੇਰੇ ਕੋਲ 2 ਮਾਵਾਂ ਭੈਣਾਂ ਆਈਆਂ, ਸ਼ੀਸ਼ਾ ਥੱਲੇ ਕਰਵਾਇਆ, ਮੇਰਾ ਸਿਰ ਪੜੋਸ ਕੇ ਕਹਿੰਦੀਆਂ ਪੁੱਤ ਨੋਟਬੰਦੀ ਵਾਲੀ ਗੱਲ ਜਮਾਂ ਸੱਚੀ ਹੈ, ਪੇਕਿਆਂ ਤੋਂ ਬਦਲਾ ਕੇ ਲਈ ਹਾਂ। ਹੁਣ ਇਹੋ ਜਿਹੀਆਂ ਗੱਲਾਂ ਜਾਣਦੇ ਹੋਣਗੇ ਆ ਜਿਹੜੇ ਬੈਠੇ ਤਖ਼ਤਾਂ 'ਤੇ, ਉਹਨਾਂ ਨੂੰ ਤਾਂ